ਪ੍ਰਸ਼ਾਸਨ ਆ ਪਾਸੇ ਹੋ ਜਾਓ, ਜਿੰਨਾ ਵੀ ਪ੍ਰਸ਼ਾਸਨ ਅੱਗੇ ਆ ਤਰੇ ਹੋ ਜਾਓ। ਜਿਹੜਾ 27 ਕਰੋੜ ਰੁਪਈਆ 2021-22 ਸੀਜ਼ਨ ਦਾ ਸਾਡਾ ਫਗਵਾੜਾ ਮਿੱਲ ਵੱਲ ਖੜ੍ਹਾ ਹੈ, ਉਹਨੂੰ ਵੇਖਦੇ ਹੋਏ ਅੱਜ ਦਾ ਇਹ ਧਰਨਾ ਅਨਾਊਂਸ ਕੀਤਾ ਸੀ ਫਗਵਾੜਾ ਮਿੱਲ ਦਾ। ਸੋ ਅੱਜ ਇਹ ਮੰਡੀ ਦੇ ਵਿੱਚ ਇਕੱਠ ਕੀਤਾ ਅਤੇ ਫਗਵਾੜਾ ਮਿੱਲ ਵੱਲ ਨੂੰ ਚਾਲੇ ਪਾ ਰਹੇ ਹਾਂ। ਫਗਵਾੜਾ ਮਿੱਲ ਦੇ ਅੱਗੇ ਜਾ ਕੇ ਜਿਹੜਾ ਧਰਨਾ ਆ ਉਹ ਅਸੀਂ ਉੱਥੇ ਲਾਵਾਂਗੇ। ਔਰ ਅਸੀਂ ਸਰਕਾਰ ਨੂੰ ਇਹ ਆਖਿਆ ਵੀ ਜਿਹੜੀ ਮਿੱਲ ਦੇ ਅੰਦਰ 10 ਕਨਾਲ ਜ਼ਮੀਨ ਹੈ, ਉਹ 10 ਕਨਾਲ ਜ਼ਮੀਨ ਸਰਕਾਰ ਨੇ ਟਰਬਾਈਨ ਵਾਲੀ ਛੱਡੀ ਹੋਈ ਆ, ਉਹਨੂੰ ਕਬਜ਼ੇ 'ਚ ਲਿਆ ਜਾਵੇ। ਔਰ ਜੇ ਸਰਕਾਰ ਨਹੀਂ ਕਬਜ਼ੇ 'ਚ ਲੈਂਦੀ ਤਾਂ ਫਿਰ ਉਹ ਅਸੀਂ ਕਿਸਾਨ ਉਹਦੇ 'ਤੇ ਕਬਜ਼ਾ ਆਪਣਾ ਜਮਾਵਾਂਗੇ। ਸਿੱਧੀ ਗੱਲ ਸਪਸ਼ਟ ਹੈ, ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਵੀ ਉਹ ਜਿਹੜਾ 10 ਕਨਾਲ ਟਰਬਾਈਨ ਵਾਲੀ ਜਗ੍ਹਾ ਛੱਡੀ ਹੋਈ ਆ ਉਹਨੂੰ ਆਪਣੇ ਕਬਜ਼ੇ 'ਚ ਲਵੇ ਸਰਕਾਰ ਜਲਦ ਤੋਂ ਜਲਦ, ਨਹੀਂ ਤਾਂ ਇਹ ਫਿਰ ਅਸੀਂ ਕਬਜ਼ਾ ਲੈ ਕੇ ਉਸ ਜ਼ਮੀਨ ਦੇ ਅੰਦਰ ਅਸੀਂ ਦਾਖਲ ਹੋਵਾਂਗੇ ਮਿਲਦੀ ਦੇ ਅੰਦਰ। ਸੋ ਇਹ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਤੁਹਾਡੇ ਮਾਧਿਅਮ ਰਾਹੀਂ। ਸਰ ਪ੍ਰਸ਼ਾਸਨ ਨਾਲ ਹੁਣ ਜਿਹੜੀ ਤੁਹਾਡੀ ਮੀਟਿੰਗ ਹੋਈ ਆ, ਪ੍ਰਸ਼ਾਸਨ ਇਹ ਕਹਿ ਰਿਹਾ ਵੀ ਅਸੀਂ ਉਹਦੇ ਔਰਡਰ ਕਰਾ ਲੈਣੇ, ਆਕਸ਼ਨ ਦੇ ਬੋਲੀ ਦੇ ਔਰਡਰ ਕਰਾ ਲੈਣੇ ਵੀ ਤੁਸੀਂ ਸਾਡੇ 'ਤੇ ਭਰੋਸਾ ਕਰੋ। ਅੱਗੇ ਉਹ ਬੋਲੀ ਦੇ ਵਿੱਚ ਅਟੈਚ ਨਹੀਂ ਸੀ ਇਹ, ਅਤੇ ਅਸੀਂ ਰਾਤ ਦਾ ਐਫਰਟ ਕਰਕੇ ਤੁਹਾਡੇ ਦਬਾਓ ਹੇਠ ਆ ਕੇ ਅਸੀਂ ਉਹਦੇ ਬੋਲੀ ਦੇ ਔਰਡਰ ਕਰਾ ਲਏ ਨੇ, ਅਤੇ ਤੁਸੀਂ ਹੁਣ ਸਾਨੂੰ ਸਮਾਂ ਦਿਓ ਕੁਛ ਦਿਨਾਂ ਲਈ। ਪਰ ਅਸੀਂ ਉਹਨਾਂ ਨੂੰ ਕਿਹਾ ਵੀ ਨਹੀਂ, ਤੁਸੀਂ ਉਹਨੂੰ ਕਬਜ਼ੇ 'ਚ ਵੀ ਲਓ, ਕਬਜ਼ੇ 'ਚ ਵੀ ਲਓ, ਜਦੋਂ ਕਬਜ਼ੇ 'ਚ ਲੈ ਲਓਗੇ ਫਿਰ ਬੋਲੀ ਹੋਏਗੀ। ਇਸ ਤਰੀਕੇ ਦੇ ਨਾਲ ਜੇ ਮਿੱਲ ਮਾਲਕ ਦੇ ਕਬਜ਼ੇ 'ਚ ਹੈ ਤੁਸੀਂ ਬੋਲੀ ਕਿਵੇਂ ਉਹਦੀ ਕਰੋਗੇ? ਸੋ ਉਹਨੂੰ ਕਬਜ਼ੇ 'ਚ ਵੀ ਲਓ। ਇਹ ਸਰਕਾਰ ਨਾਲ ਸਾਡੀ ਹਲੇ ਜਦੋਜਹਿਦ ਚੱਲ ਰਹੀ ਹੈ, ਉਹ ਅਸੀਂ ਉੱਥੇ ਚੱਲ ਕੇ ਵੇਖਦੇ ਹਾਂ। ਸਰਕਾਰ ਨੂੰ ਹੁਣ ਉੱਥੇ ਚੱਲ ਕੇ ਵੀ 1 ਘੰਟੇ ਦਾ ਸਮਾਂ ਦੇਵਾਂਗੇ, ਨਹੀਂ ਤਾਂ ਉਹਦੇ ਬਾਅਦ ਫਿਰ ਅਸੀਂ ਉਹ 10 ਕਨਾਲ ਦਾ ਕਬਜ਼ਾ ਖੁਦ ਲਵਾਂਗੇ। ਸਰ ਹੁਣ ਮਿੱਲ ਦੇ ਮੂਹਰੇ ਧਰਨਾ ਲਾਉਂਗੇ? ਬਿਲਕੁਲ, ਅਸੀਂ ਚੱਲੇ ਹਾਂ, ਹੁਣ ਚਾਲੇ ਪਾਉਣ ਲੱਗੇ ਹਾਂ। ਉੱਧਰ ਅਸੀਂ ਮਿੱਲ ਜਿਹੜੀ ਹੈਗੀ ਜਿਹਦੇ ਟਰਬਾਈਨ ਲੱਗੀ ਹੋਈ ਆ ਜਿਹੜੀ ਉਹ 10 ਵਜੇ ਵੀ ਉਹਦੇ ਮੂਹਰੇ ਬੈਠਾਂਗੇ। ਸਰ ਅੱਜ ਜਿਹੜਾ ਧਰਨਾ ਲੱਗਾ ਵਾ ਇਹ ਕਿਸ ਸੰਬੰਧ ਵਿੱਚ ਧਰਨਾ ਲੱਗਾ ਸਰ? ਜਿਹੜਾ ਇਹ ਧਰਨਾ ਹੈ ਸਾਰੇ ਹੀ ਜਾਣਦੇ ਆ ਕਿ ਫਗਵਾੜਾ ਮਿੱਲ ਵੱਲ ਜਿਹੜੀ ਕਿਸਾਨਾਂ ਦੀ ਬਕਾਇਆ ਰਾਸ਼ੀ ਤਕਰੀਬਨ 28 ਕਰੋੜ ਪਲੱਸ 5 ਕਰੋੜ ਵਿਆਜ ਨੂੰ ਲੈ ਕੇ ਇਹ ਲੰਮਾ ਸੰਘਰਸ਼ ਜਿਹੜਾ ਉਹ ਚੱਲਦਾ ਆ ਰਿਹਾ। ਹੁਣ ਵੀ ਟਕਰਾਅ ਦੀ ਸਥਿਤੀ ਬਣ ਗਈ ਹੈ, ਜਿਹੜੀਆਂ ਪ੍ਰੋਪਰਟੀਆਂ ਨਿਲਾਮੀ 'ਤੇ ਲੱਗੀਆਂ ਹਾਈਕੋਰਟ ਮਾਨਯੋਗ ਹਾਈਕੋਰਟ ਦੀ ਡਾਇਰੈਕਸ਼ਨ ਦੇ ਨਾਲ ਉਹ ਨਿਲਾਮੀ ਦੇ ਰੇਟ ਬਹੁਤ ਜ਼ਿਆਦਾ ਰੱਖ ਦਿੱਤੇ ਗਏ, ਤਾਂ ਕਰਕੇ ਕੋਈ ਵੀ ਜ਼ਮੀਨ ਲੈਣ ਵਾਸਤੇ ਜਿਹੜਾ ਨਿਲਾਮੀ 'ਚ ਸ਼ਾਮਿਲ ਨਹੀਂ ਹੋਇਆ। ਪਰ ਅਸੀਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕੀਤੀ ਹੈ ਕਿ ਤੁਸੀਂ ਮਿੱਲ ਜਿਨ੍ਹਾਂ ਨੇ ਹੁਣ ਖਰੀਦੀ ਹੈ, ਮਿੱਲ ਦੇ ਹੁਣ ਵਾਲੇ ਮਾਲਕ ਅਤੇ ਪੁਰਾਣੇ ਮਾਲਕ ਦੇ ਵਿੱਚ ਕਿਸਾਨ ਅਤੇ ਪ੍ਰਸ਼ਾਸਨ ਪਾਰਟੀ ਬਣ ਕੇ ਦੁਬਾਰਾ ਬੈਠੋ, ਮਸਲੇ ਦਾ ਆਪਾਂ ਹੱਲ ਕਰੀਏ। ਆਪਣੇ ਭੈਣ ਭਰਾ ਦਰੀਆਂ ਦੇ ਉੱਤੇ ਵਾਰ ਵਾਰ ਬਹਿਣ, ਆਪਣੇ ਬੰਦਿਆਂ ਦਾ ਜਲੂਸ ਕੱਢਣੇ ਕੋਈ ਚੰਗੀ ਗੱਲ ਨਹੀਂ, ਚੰਗਾ ਨਹੀਂ ਲੱਗਦਾ, ਕਿਸੇ ਦਾ ਦਿਲ ਨਹੀਂ ਕਰਦਾ ਵਾਰ ਵਾਰ ਇੱਕੋ ਹੀ ਗੱਲ ਨੂੰ ਲੈ ਕੇ ਸੰਘਰਸ਼ ਕਰਨਾ। 27 ਕਰੋੜ ਰੁਪਈਆ ਪਰਟੀਕੁਲਰ ਇੱਕ 1600 ਕਿਸਾਨਾਂ ਦਾ ਹੈ, ਕਿਸੇ ਦਾ 50,000 ਆ, ਕਿਸੇ ਦਾ 60,000 ਆ, ਹਰ ਇੱਕ ਦੀਆਂ ਲੋੜਾਂ ਨੇ। ਅਤੇ ਜੇ ਬੈਂਕ ਦੇ ਵਿੱਚ FD ਕਰਾਈ ਹੋਵੇ ਤਾਂ ਉਹ ਵੀ 6-7 ਸਾਲਾਂ ਬਾਅਦ ਮੈਚਿਓਰ ਹੋ ਜਾਂਦੀ, ਦੁੱਗਣੀ ਹੋ ਜਾਂਦੀ ਆ। ਪਰ ਇੱਥੇ ਦੇ ਆਪਣੇ ਪੈਸੇ ਲੈਣ ਵਾਸਤੇ ਕਿਸਾਨ ਜਿਹੜੇ ਆ ਸੰਘਰਸ਼ ਕਰ ਰਹੇ ਆ। ਪਰ ਸਾਡੀ ਪ੍ਰਸ਼ਾਸਨ ਅੱਗੇ ਪ੍ਰਯੋਗ ਅਤੇ ਪੰਜਾਬ ਸਰਕਾਰ ਅੱਗੇ ਬੇਨਤੀ ਰਹੀ ਹੈ ਕਿ ਇਹਦਾ ਮਸਲੇ ਦਾ ਹੱਲ ਸਰਕਾਰ ਵਾਸਤੇ ਕੋਈ ਵੱਡੀ ਗੱਲ ਨਹੀਂ, ਜਾਂ ਤਾਂ ਨਵੇਂ ਮਾਲਕਾਂ ਦੇ ਉੱਤੇ ਜਿਹੜਾ ਵਾ ਉਹ ਪ੍ਰੈਸ਼ਰ ਪਾ ਕੇ ਅਤੇ 27 ਕਰੋੜ ਰੁਪਈਆ ਸਾਨੂੰ ਦਵਾਇਆ ਜਾਵੇ, ਉਹ ਜਿਹਨਾਂ ਤੋਂ ਮਿੱਲ ਲਈ ਹੈ ਜਿੱਦਾਂ ਮਰਜ਼ੀ ਕਰਨ। ਸਾਡਾ ਤਰਕ ਇੱਥੇ ਇਹ ਹੈ ਕਿ ਜਦੋਂ ਆਪਾਂ ਕੋਈ ਵੀ ਜ਼ਮੀਨ ਖਰੀਦਦੇ ਹਾਂ ਉਸ ਜ਼ਮੀਨ ਦੇ ਉੱਤੇ ਪੁਰਾਣੇ ਮਾਲਕ ਨੇ ਲੋਨ ਚੱਕਿਆ ਅਤੇ ਉਹਦੀ ਰਜਿਸਟਰੀ ਨਹੀਂ ਹੋ ਸਕਦੀ, ਜਿੰਨਾ ਚਿਰ ਲੋਨ ਜਿਹੜਾ ਉਹਨੂੰ ਆਪਾਂ ਜਿਹੜੀ ਕਿਤਾਬੀ ਗੱਲਾਂ ਨੇ ਵੀ ਕਹੀਦਾ ਵੀ ਪੱਖ ਕਰਾ ਲਈਏ, ਭਾਵ ਇਹ ਜਿਹੜੀ ਫਰਮ ਲੈ ਲਈ ਹੈ ਅਤੇ ਫਰਮ ਦੀ ਦੇਣਦਾਰੀ ਵੀ ਨਵੇਂ ਮਾਲਕਾਂ ਦੀ ਬਣਦੀ ਹੈ। ਸੰਘਰਸ਼ ਜਾਰੀ ਰਹੇਗਾ, ਸੰਘਰਸ਼ਸ਼ੀਲ ਬੰਦੇ ਜਿਹੜੇ ਉਹ ਸੜਕਾਂ ਦੇ ਵਾਰ ਵਾਰ ਆਉਣਗੇ, ਜਿੰਨਾ ਚਿਰ ਕਾਰਪੋਰੇਟ ਘਰਾਣੇ ਛੋਟੇ ਛੋਟੇ ਜਿਹੜੇ ਕਾਰਪੋਰੇਟ ਘਰਾਣੇ ਲੋਕਾਂ ਦਾ ਹੱਕ ਜਿਹੜਾ ਦੱਬੀ ਬੈਠੇ ਆ। ਅਸੀਂ ਲੜਾਈਆਂ ਪੰਜਾਬ ਦੀਆਂ ਹੋਰ ਲੜਨਾ ਚਾਹੁੰਦੇ ਹਾਂ, ਰੇਤੇ ਦੀ ਲੜਾਈ, ਬਜਰੀ ਦੀ ਲੜਾਈ, ਜਿਹੜੇ ਇੱਥੇ ਕ੍ਰੈਸ਼ਰ ਬੰਦ ਪਏ, ਰੇਤੇ ਦੀਆਂ ਖੱਡਾਂ ਬੰਦ ਪਈਆਂ,
ਹਿਮਾਚਲ ਸਾਡੇ ਪੰਜਾਬ 'ਚ ਬਿਜ਼ਨਸ ਕਰ ਰਿਹਾ 300 ਕਰੋੜ ਦਾ, ਤਕਰੀਬਨ ਜੋ ਮੋਦੀ ਜੀ ਵੀ ਦੱਸ ਰਿਹਾ ਕਿ 300 ਕਰੋੜ ਦਾ ਇੱਕ ਮਹੀਨੇ 'ਚ ਵਪਾਰ ਹੋ ਰਿਹਾ, ਅਤੇ ਸਾਡੇ ਕ੍ਰੈਸ਼ਰ ਸਾਡੀਆਂ ਖੱਡਾਂ ਇੱਥੇ ਬੰਦ ਕੀਤੀਆਂ ਪਈਆਂ, ਕੁਦਰਤ ਦੀ ਚੀਜ਼ ਰੇਤਾ ਕੱਢ ਕੇ ਲੋਕਾਂ ਤੱਕ ਸਪਲਾਈ ਨਹੀਂ ਹੋ ਰਿਹਾ, 40-40 ਹਜ਼ਾਰ ਦਾ ਟਿੱਪਰ ਲੋਕ ਲੈਣ ਨੂੰ ਮਜਬੂਰ ਆ, ਅਸੀਂ ਉਹ ਲੜਾਈ ਲੜਨਾ ਚਾਹੁੰਦੇ ਹਾਂ। ਜਿੰਨਾ ਪੰਜਾਬ ਸਿਰ ਕਰਜ਼ਾ ਤਕਰੀਬਨ 3000 ਕਰੋੜ ਦੇ ਤਕਰੀਬਨ ਕਰਜ਼ਾ, ਔਰ ਇੰਨਾ ਹੀ 3000 ਕਰੋੜ ਦੇ ਕਰੀਬ 3000 ਕਰੋੜ ਤੋਂ ਵੀ ਵੱਧ ਦਾ ਜਿਹੜਾ ਕਰਜ਼ਾ, 3 ਲੱਖ ਕਰੋੜ ਦਾ ਮੈਂ ਮਾਫੀ ਚਾਹੁੰਦਾ, 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਵਾ ਉਹ ਇੰਨਾ ਹੀ ਟਰੈਵਲ ਏਜੰਟ ਲੋਕਾਂ ਦਾ ਦੱਬੀ ਬੈਠੇ ਆ, ਲੋਕਾਂ ਦਾ ਧਾਨ ਹੋ ਰਿਹਾ ਵਿਦੇਸ਼ ਜਾਣ 'ਚ, ਅਤੇ ਪੰਜਾਬ ਸਰਕਾਰ ਕਹਿ ਰਹੀ ਸੀ ਕਿ ਵਿਦੇਸ਼ੀ ਬੰਦੇ ਇੱਥੇ ਆ ਕੇ ਕੰਮ ਕਰਨਗੇ ਬੇਸ਼ਰਤੇ, ਜਦੋਂ ਦੀ ਪੰਜਾਬ ਸਰਕਾਰ ਆਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਆਈ ਆ, ਤਕਰੀਬਨ 5 ਲੱਖ ਬੰਦਾ ਪੰਜਾਬ 'ਚੋਂ ਪਲਾਇਨ ਕਰ ਗਿਆ, ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਆ, ਇਹਦੇ ਬਾਰੇ ਅਸੀਂ ਲੜਾਈਆਂ ਲੜਨਾ ਚਾਹੁੰਦੇ ਹਾਂ, ਪਰ ਅਸੀਂ ਸਾਨੂੰ ਇਹ ਫਗਵਾੜਾ ਮਿਲ ਤੋਂ ਕੋਈ ਵਿਹਲਾ ਕਰੇਗਾ ਤਾਂ ਅਸੀਂ ਉੱਧਰ ਨੂੰ ਹੋਵਾਂਗੇ, ਏਜੰਟਾਂ ਤੋਂ ਲੋਕਾਂ ਦੀ ਲੁੱਟ ਨੂੰ ਬਚਾਵਾਂਗੇ। ਜਿਹੜਾ ਮਾਈਨਿੰਗ ਦਾ ਹਜੇ ਤੱਕ ਰੌਲਾ, ਤੀਜੀ ਸਰਕਾਰ ਆ ਗਈ ਇਹਨਾਂ ਤੋਂ ਮਾਈਨਿੰਗ ਸੈੱਟ ਨਹੀਂ ਹੋਈ, 700 ਕਿਲੋਮੀਟਰ ਦਰਿਆ ਪੰਜਾਬ ਦੀ ਹਿੱਕ ਤੋਂ ਲੰਘਦਾ, 1 ਕਿਲੋਮੀਟਰ ਇੱਕ ਦਰਿਆ ਨੂੰ ਜੇ ਪੱਟ ਲਈਏ ਸਫਾਈ ਦੇ ਤੌਰ 'ਤੇ, ਤਾਂ ਪੂਰੇ ਸਾਲ ਦਾ ਰੇਤਾ ਸਰਪਲਸ ਪੂਰੇ ਸੂਬੇ 'ਚ ਹੋ ਜਾਏਗਾ, ਅਤੇ 700 ਸਾਲ ਬਾਅਦ ਉਹਦੀ ਵਾਰੀ ਆਏਗੀ। ਪਰ ਸਾਡੇ ਕੋਲ ਕੋਈ ਮਾਈਨਿੰਗ ਦੀ ਹਜੇ ਤੱਕ ਸਟਰੋਂਗ ਪੋਲਿਸੀ ਨਹੀਂ ਜਿਹਦੇ ਨਾਲ ਖਜ਼ਾਨਾ ਭਰਿਆ ਜਾਵੇ, 20-20 ਹਜ਼ਾਰ ਦਾ ਇੱਥੇ ਟਿੱਪਰ ਮਿਲੇ, ਅੱਜ ਟਿੱਪਰ 40 ਹਜ਼ਾਰ ਦਾ, ਅਤੇ ਇਹਦਾ ਵਪਾਰ ਹਿਮਾਚਲ ਕਰ ਰਿਹਾ। ਅਤੇ ਇੱਕ ਪ੍ਰਸ਼ਾਸਨ ਨਾਲ ਅੱਜ ਤੁਹਾਡੀ ਸਵੇਰੇ ਮੀਟਿੰਗ ਵੀ ਹੋਈ ਆ, ਉਹਦੇ 'ਚ ਕੀ ਸਿੱਟਾ ਨਿਕਲਿਆ ਸਰ? ਸਿੱਟਾ ਕੋਈ ਨਹੀਂ ਨਿਕਲਿਆ, ਬੇਸਿੱਟਾ ਮੀਟਿੰਗ ਰਹੀ ਹੈ, ਪ੍ਰਸ਼ਾਸਨ ਆਪਣੀ ਜਗ੍ਹਾ ਠੀਕ ਹੈ, ਕਿਉਂਕਿ ਜਿੰਨਾ ਚਿਰ ਚੀਫ ਸੈਕਟਰੀ FCR ਅਤੇ ਖੇਤੀਬਾੜੀ ਮੰਤਰੀ ਇਹਦੇ ਵਿੱਚ ਫੁੱਲੀ ਇਨਵੋਲਵ ਨਹੀਂ ਹੁੰਦੇ, ਮਸਲੇ ਦਾ ਹੱਲ ਨਹੀਂ ਨਿਕਲਣਾ। DC ਸਾਹਿਬ ਦੀਆਂ ਮਜਬੂਰੀਆਂ ਨੇ, SDM ਸਾਹਿਬ ਦੀਆਂ ਮਜਬੂਰੀਆਂ ਨੇ, SP ਸਾਹਿਬ ਦੀਆਂ ਮਜਬੂਰੀਆਂ ਨੇ, ਉਹਨਾਂ ਨੇ ਲੋਕਲ ਜਿਹੜਾ ਇੱਥੇ ਦਾ ਮਾਹੌਲ ਸਾਂਭਣਾ ਹੁੰਦਾ, ਟਕਰਾਅ ਸਾਡਾ ਬਣ ਜਾਂਦਾ ਕਿਸਾਨਾਂ ਦਾ ਅਤੇ ਪ੍ਰਸ਼ਾਸਨ ਦਾ, ਅਤੇ ਜਿਹੜੇ ਉੱਚ ਅਧਿਕਾਰੀ ਨੇ ਉਹ ਪਤਾ ਨਹੀਂ ਕਿਹਦੇ ਨਾਲ ਕਿਹੜਾ ਹੱਥ ਮਿਲਾ ਕਿਤੇ ਦਫ਼ਤਰਾਂ ਦੇ ਵਿੱਚ ਚਟਕਿਲੀਆਂ ਲਾਉਂਦੇ ਨੇ। ਇਸ ਧਰਨੇ ਦੇ ਉੱਤੇ ਰਾਜਨੀਤੀ ਹੋ ਰਹੀ ਹੈ, ਜੋ ਸਾਨੂੰ ਲੱਗ ਰਿਹਾ ਕਿ ਕੋਈ ਵੀ ਸੁਣਵਾਈ ਜਿਹੜੀ ਆ ਉਹ ਕਿਸਾਨਾਂ ਦੀ ਇਹ ਸਰਕਾਰ ਵੱਲੋਂ ਨਹੀਂ ਹੋ ਰਹੀ।